ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੋਰਾਂ ਨੇ ਅੱਜ ਸਦਨ ਦੇ ਅੰਦਰ ਇੱਕ ਮਸਲਾ ਚੁੱਕਿਆ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਕਿ ਪੁਲਿਸ ਤੇ ਗੈਂਗਸਟਰ ਦੇ ਵਿੱਚ ਕੋਈ ਨੈਕਸਸ ਚੱਲ ਰਿਹਾ ਕਿ ਪੁਲਿਸ ਦੇ ਕੁਝ ਅਧਿਕਾਰੀ ਗੈਂਗਸਟਰਾਂ ਤੋਂ ਪੈਸੇ ਖਾ ਰਹੇ ਨੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੋਣੀ ਸਾਡੇ ਨਾਲ ਮੌਜੂਦ ਨੇ ਸਪੀਕਰ ਸਾਹਿਬ ਸਮਝਣਾ ਚਾਹਾਂਗੇ ਸਦਨ ਦੇ ਅੰਦਰ ਇੱਕ ਵੱਡਾ ਮਸਲਾ ਕਿ ਗੈਂਗਸਟਰ ਤੋਂ ਇੱਕ ਪੁਲਿਸ ਅਧਿਕਾਰੀ ਪੈਸੇ ਲੈਂਦਾ ਤੇ ਤੁਸੀਂ ਉਸ ਮਸਲੇ ਨੂੰ ਖੁਦ ਚੁੱਕਿਆ ਆਖਿਰ ਮਸਲਾ ਹੈ ਕੀ ਔਰ ਕਿੱਦਾਂ ਤੁਹਾਨੂੰ ਲੱਗਦਾ ਹੈ ਕਿ ਵਾਕਈ ਇੱਕ ਨੈਕਸਸ ਕੰਮ ਕਰ ਰਿਹਾ ਦੇਖੋ ਮੇਰੇ ਧਿਆਨ ਚ ਇਸ ਕਰਕੇ ਇਹ ਆਇਆ ਕਿਉਂਕਿ ਜਦੋਂ ਉਹਦੀ ਮੀਡੀਆ ਦੇ ਵਿੱਚ ਐਫ ਆਈ ਆਰ ਦੀ ਰਿਪੋਰਟ ਗਈ ਤਾਂ ਜਿਹੜੀ ਡੇਲੀ ਡਾਇਰੀ ਜਾਂਦੀ ਹੁੰਦੀ ਹੈ ਮੀਡੀਆ ਨੂੰ ਉਹਦੇ ਚ ਉਹ ਮਿਸਿੰਗ ਸੀ ਮਤਲਬ ਮੈਨੂੰ ਇਹ ਲੱਗਿਆ ਸੰਬੜੀ ਇਜ਼ ਟਰਾਇੰਗ ਟੂ ਸ਼ੀਲਡ ਦੈਟ ਐਫ ਆਈ ਆਰ ਦੈਟ ਜਿਹੜੇ ਬੰਦੇ ਤੇ ਇਹ ਇਲਜ਼ਾਮ ਲੱਗਿਆ ਐਫ ਆਈ ਆਰ ਹੋਈ ਹੈ ਔਰ ਉਹ ਵੀ ਡਾਕੂਮੈਂਟਰੀ ਐਵੀਡੈਂਸ ਦੇ ਨਾਲ ਹੋਈ ਹੈ ਮਤਲਬ ਤੁਸੀਂ 179 ਨੰਬਰ ਐਫ ਆਈ ਆਰ ਮੈਂਸ਼ਨ ਕਰ ਰਹੇ ਹੋ ਉਸ ਦਿਨ ਦੀ 181 ਕਰ ਰਹੇ ਹੋ 180 ਕਿਉਂ ਨਹੀਂ ਕਰ ਰਹੇ ਸੋ ਫਿਰ ਮੈਂ ਇਸ ਕਰਕੇ ਮੈਂ ਰਿਪੋਰਟ ਡਿਟੇਲਡ ਵਿੱਚ ਤਲਬ ਕਰਾਈ ਹੈ ਤਾਂ ਕਿ ਪਤਾ ਲੱਗੇ ਵੀ ਕੌਣ ਉਹਨੂੰ ਸ਼ੀਲਡ ਕੌਣ ਕਰ ਰਿਹਾ ਤੁਹਾਡੇ ਮੁਤਾਬਕ ਕੇਸ ਦਰਜ ਕਰ ਲਿਆ ਗਿਆ ਪਰ ਉਸ ਕੇਸ ਨੂੰ ਲੁਕਾਉਣ ਦੀ ਕੋਸ਼ਿਸ਼ ਹੋਈ ਦੀ ਕੋਸ਼ਿਸ਼ ਹੋਈ ਹੁਣ ਕੇਸ ਨੂੰ ਲੁਕਾਉਣ ਦੀ ਕੋਸ਼ਿਸ਼ ਹੋਈ ਫਿਰ ਬਾਅਦ ਦੂਜੇ ਤੀਜੇ ਦਿਨ ਜਾ ਕੇ ਐਸ ਐਚ ਓ ਨੇ ਬੋਲਿਆ ਇਹ ਮਾਮਲਾ ਕਦੋਂ ਦਾ ਜੀ ਵੈਸੇ ਆਹ ਪਿੱਛੇ ਵੀ ਨਹੀਂ ਰਹੀ ਅੱਛਾ ਤੁਸੀਂ ਇਸ ਦੇ ਵਿੱਚ ਪਹਿਲਾਂ ਵੀ ਕੋਈ ਕਿਸੇ ਸੀਨੀਅਰ ਅਧਿਕਾਰੀਆਂ ਦੇ ਨਾਲ ਅਫਸਰਾਂ ਨਾਲ ਗੱਲਬਾਤ ਕੀਤੀ ਕਿਸ ਤਰ੍ਹਾਂ ਦਾ ਮਸਲਾ ਹੈ ਉਹਦੇ ਤੇ ਉਸ ਵੇਲੇ ਕਿਸ ਤਰ੍ਹਾਂ ਦਾ ਰਿਸਪੌਂਸ ਸੀ ਕੀ ਤੁਹਾਨੂੰ ਕਿਤੇ ਸ਼ੰਕਾ ਪੈਦਾ ਹੋਈ ਕਿ ਇਹ ਮਸਲਾ ਬਚਾਉਣ ਦੀ ਕੋਸ਼ਿਸ਼ ਹੈ ਨਹੀਂ ਮੈਨੂੰ ਇਸੇ ਇਹੀ ਸ਼ੰਕਾ ਸੀ ਨਾ ਵੀ ਉਹ ਜਿਹੜੀ ਰਿਪੋਰਟ ਦੇ ਵਿੱਚ ਮੈਂਸ਼ਨ ਕਿਉਂ ਨਹੀਂ ਹੋਇਆ ਏਡੀ ਵੱਡੀ ਕੋਈ ਗੱਲ ਨਹੀਂ ਐਫ ਆਈ ਆਰ ਰੋਜ਼ ਹੁੰਦੀਆਂ ਰੋਜ਼ ਕੈਂਸਲ ਹੁੰਦੀਆਂ ਰੋਜ਼ ਕੋਰਟ 'ਚ ਜਾਂਦੀਆਂ ਪਰ ਜੇ 179 ਨੰਬਰ ਜਾ ਸਕਦੀ ਹੈ ਮੀਡੀਆ ਦੇ ਵਿੱਚ 181 ਜਾ ਸਕਦੀ ਹੈ 180 ਕਿਉਂ ਨਹੀਂ ਗਈ ਹੁਣ ਤੁਸੀਂ ਕਿਸ ਤਰ੍ਹਾਂ ਦੇ ਅੱਜ ਸਦਨ ਦੇ ਅੰਦਰ ਜਦੋਂ ਚਰਚਾ ਹੋਈ ਤਾਂ ਤੁਸੀਂ ਡੀਜੀਪੀ ਨੂੰ ਉਹਦੀ ਜਵਾਬਦੇਹੀ ਜਿਹੜੀ ਹੈਗੀ ਹੈ ਨਿਯੁਕਤ ਕੀਤੀ ਹੈ ਕੀ ਕੁਝ ਤੁਹਾਡੇ ਵੱਲੋਂ ਜਿਹੜਾ ਸਦਨ ਨੇ ਪਾਸ ਕੀਤਾ ਉਹਦੇ ਮੁਤਾਬਕ ਅੱਗੇ ਕੀ ਕਾਰਵਾਈ ਹੋਣ ਵਾਲੀ ਦੇਖੋ ਇਹ ਤਾਂ ਹੁਣ ਸਦਨ ਦੇ ਸਾਰੇ ਮੈਂਬਰ ਐਕਸਪੀਰੀਅੰਸਡ ਹੈ ਮਾਣਯੋਗ ਹੈ ਉਹਨਾਂ ਤੋਂ ਸਲਾਹ ਲੈਣੀ ਮੈਂ ਠੀਕ ਸਮਝੀ ਕਿਉਂਕਿ ਇਹ ਇੱਕ ਮੈਸੇਜ ਦੇਣਾ ਹੁੰਦਾ ਪੰਜਾਬ ਸਰਕਾਰ ਮੈਸੇਜ ਦੇ ਚੁੱਕੀ ਹੈ ਵੀ ਅਸੀਂ ਮੰਤਰੀਆਂ ਤੇ ਵੀ ਕਾਰਵਾਈ ਕੀਤੀ ਐਮਐਲਏ ਤੇ ਵੀ ਕਾਰਵਾਈ ਕੀਤੀ ਤੇ ਅਸੀਂ ਕਰਪਸ਼ਨ ਵਾਸਤੇ ਜ਼ੀਰੋ ਟਾਲਰੈਂਸ ਪਾਲਿਸੀ ਹੈ ਸਾਡੇ ਇਹ ਮੈਸੇਜ ਅੱਛਾ ਡੀਜੀਪੀ ਤੋਂ ਜਿਹੜੀ ਰਿਪੋਰਟ ਮੰਗੀ ਗਈ ਉਸ ਰਿਪੋਰਟ ਦੇ ਮੁਤਾਬਕ ਡੀਜੀਪੀ ਨੇ ਕਦੋਂ ਤੱਕ ਜਿਹੜਾ ਹੈਗਾ ਕਿ ਉਹਨਾਂ ਨੇ ਇਨ ਹੈਂਡ ਲੈ ਕੇ ਆਉਣੀ ਹੈ ਖੁਦ ਆਉਣਗੇ ਪੇਸ਼ ਹੋਣਗੇ ਰਿਪੋਰਟ ਦੇਣਗੇ ਉਹ ਕੱਲ੍ਹ ਤੱਕ ਰਿਪੋਰਟ ਦੇਣਗੇ ਮੈਨੂੰ ਤੇ ਜੋ ਰਿਪੋਰਟ ਹੋਈ ਮੈਂ ਸਬੰਧਤ ਮਹਿਕਮੇ ਨੂੰ ਭੇਜ ਦੂੰਗਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੋਰਾਂ ਨੇ ਅੱਜ ਸਦਨ ਦੇ ਅੰਦਰ ਇੱਕ ਮਸਲਾ ਚੁੱਕਿਆ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਕਿ ਪੁਲਿਸ ਤੇ ਗੈਂਗਸਟਰ ਦੇ ਵਿੱਚ ਕੋਈ ਨੈਕਸਸ ਚੱਲ ਰਿਹਾ ਕਿ ਪੁਲਿਸ ਦੇ ਕੁਝ ਅਧਿਕਾਰੀ ਗੈਂਗਸਟਰਾਂ ਤੋਂ ਪੈਸੇ ਖਾ ਰਹੇ ਨੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੋਣੀ ਸਾਡੇ ਨਾਲ ਮੌਜੂਦ ਨੇ ਸਪੀਕਰ ਸਾਹਿਬ ਸਮਝਣਾ ਚਾਹਾਂਗੇ ਸਦਨ ਦੇ ਅੰਦਰ ਇੱਕ ਵੱਡਾ ਮਸਲਾ ਕਿ ਗੈਂਗਸਟਰ ਤੋਂ ਇੱਕ ਪੁਲਿਸ ਅਧਿਕਾਰੀ ਪੈਸੇ ਲੈਂਦਾ ਤੇ ਤੁਸੀਂ ਉਸ ਮਸਲੇ ਨੂੰ ਖੁਦ ਚੁੱਕਿਆ ਆਖਿਰ ਮਸਲਾ ਹੈ ਕੀ ਔਰ ਕਿੱਦਾਂ ਤੁਹਾਨੂੰ ਲੱਗਦਾ ਹੈ ਕਿ ਵਾਕਈ ਇੱਕ ਨੈਕਸਸ ਕੰਮ ਕਰ ਰਿਹਾ ਦੇਖੋ ਮੇਰੇ ਧਿਆਨ ਚ ਇਸ ਕਰਕੇ ਇਹ ਆਇਆ ਕਿਉਂਕਿ ਜਦੋਂ ਉਹਦੀ ਮੀਡੀਆ ਦੇ ਵਿੱਚ ਐਫ ਆਈ ਆਰ ਦੀ ਰਿਪੋਰਟ ਗਈ ਤਾਂ ਜਿਹੜੀ ਡੇਲੀ ਡਾਇਰੀ ਜਾਂਦੀ ਹੁੰਦੀ ਹੈ ਮੀਡੀਆ ਨੂੰ ਉਹਦੇ ਚ ਉਹ ਮਿਸਿੰਗ ਸੀ ਮਤਲਬ ਮੈਨੂੰ ਇਹ ਲੱਗਿਆ ਸੰਬੜੀ ਇਜ਼ ਟਰਾਇੰਗ ਟੂ ਸ਼ੀਲਡ ਦੈਟ ਐਫ ਆਈ ਆਰ ਦੈਟ ਜਿਹੜੇ ਬੰਦੇ ਤੇ ਇਹ ਇਲਜ਼ਾਮ ਲੱਗਿਆ ਐਫ ਆਈ ਆਰ ਹੋਈ ਹੈ ਔਰ ਉਹ ਵੀ ਡਾਕੂਮੈਂਟਰੀ ਐਵੀਡੈਂਸ ਦੇ ਨਾਲ ਹੋਈ ਹੈ
ਮਤਲਬ ਤੁਸੀਂ 179 ਨੰਬਰ ਐਫ ਆਈ ਆਰ ਮੈਂਸ਼ਨ ਕਰ ਰਹੇ ਹੋ ਉਸ ਦਿਨ ਦੀ, 181 ਕਰ ਰਹੇ ਹੋ, 180 ਕਿਉਂ ਨਹੀਂ ਕਰ ਰਹੇ? ਸੋ ਫਿਰ ਮੈਂ ਇਸ ਕਰਕੇ ਮੈਂ ਰਿਪੋਰਟ ਡਿਟੇਲਡ ਵਿੱਚ ਤਲਬ ਕਰਾਈ ਤਾਂ ਕਿ ਪਤਾ ਲੱਗੇ ਵੀ ਕੌਣ ਉਹਨੂੰ ਸ਼ੀਲਡ ਕੌਣ ਕਰ ਰਿਹਾ। ਤੁਹਾਡੇ ਮੁਤਾਬਕ ਕੇਸ ਦਰਜ ਕਰ ਲਿਆ ਗਿਆ ਪਰ ਉਸ ਕੇਸ ਨੂੰ ਲੁਕਾਉਣ ਦੀ ਕੋਸ਼ਿਸ਼ ਹੋਈ? ਦੀ ਕੋਸ਼ਿਸ਼ ਹੋਈ, ਹੁਣ ਕੇਸ ਨੂੰ ਲੁਕਾਉਣ ਦੀ ਕੋਸ਼ਿਸ਼ ਹੋਈ। ਫਿਰ ਬਾਅਦ ਦੂਜੇ ਤੀਜੇ ਦਿਨ ਜਾ ਕੇ ਐਸ ਐਚ ਓ ਨੇ ਬੋਲਿਆ। ਇਹ ਮਾਮਲਾ ਕਦੋਂ ਦਾ ਜੀ ਵੈਸੇ? ਇਹ ਆਹ ਪਿਛਲੇ ਮਹੀਨੇ ਦਾ ਜੀ। ਅੱਛਾ, ਤੁਸੀਂ ਇਸ ਦੇ ਵਿੱਚ ਪਹਿਲਾਂ ਵੀ ਕੋਈ ਕਿਸੇ ਸੀਨੀਅਰ ਅਧਿਕਾਰੀਆਂ ਦੇ ਨਾਲ ਅਫਸਰਾਂ ਨਾਲ ਗੱਲਬਾਤ ਕੀਤੀ, ਕਿਸ ਤਰ੍ਹਾਂ ਦਾ ਮਸਲਾ ਹੈ ਉਹਦੇ ਤੇ, ਉਸ ਵੇਲੇ ਕਿਸ ਤਰ੍ਹਾਂ ਦਾ ਰਿਸਪੌਂਸ ਸੀ, ਕੀ ਤੁਹਾਨੂੰ ਕਿਤੇ ਸ਼ੰਕਾ ਪੈਦਾ ਹੋਈ ਕਿ ਇਹ ਮਸਲਾ ਬਚਾਉਣ ਦੀ ਕੋਸ਼ਿਸ਼ ਹੈ? ਨਹੀਂ, ਮੈਨੂੰ ਇਹੀ ਸ਼ੰਕਾ ਸੀ ਨਾ ਵੀ ਉਹ ਜਿਹੜੀ ਰਿਪੋਰਟ ਦੇ ਵਿੱਚ, ਰਿਪੋਰਟ ਦੇ ਵਿੱਚ ਮੈਂਸ਼ਨ ਕਿਉਂ ਨਹੀਂ ਹੋਇਆ? ਏਡੀ ਵੱਡੀ ਕੋਈ ਗੱਲ ਨਹੀਂ, ਐਫ ਆਈ ਆਰ ਰੋਜ਼ ਹੁੰਦੀਆਂ, ਰੋਜ਼ ਕੈਂਸਲ ਹੁੰਦੀਆਂ, ਰੋਜ਼ ਕੋਰਟ 'ਚ ਜਾਂਦੀਆਂ। ਪਰ ਜੇ 179 ਨੰਬਰ ਜਾ ਸਕਦੀ ਹੈ ਮੀਡੀਆ ਦੇ ਵਿੱਚ, 181 ਜਾ ਸਕਦੀ ਹੈ, 180 ਕਿਉਂ ਨਹੀਂ? ਹੁਣ ਤੁਸੀਂ ਕਿਸ ਤਰ੍ਹਾਂ ਦੇ ਅੱਜ ਸਦਨ ਦੇ ਅੰਦਰ ਜਦੋਂ ਚਰਚਾ ਹੋਈ ਤਾਂ ਤੁਸੀਂ ਡੀਜੀਪੀ ਨੂੰ ਉਹਦੀ ਜਵਾਬਦੇਹੀ ਜਿਹੜੀ ਹੈਗੀ ਹੈ ਨਿਯੁਕਤ ਕੀਤੀ ਹੈ, ਕੀ ਕੁਝ ਤੁਹਾਡੇ ਵੱਲੋਂ ਜਿਹੜਾ ਸਦਨ ਨੇ ਪਾਸ ਕੀਤਾ ਉਹਦੇ ਮੁਤਾਬਕ ਅੱਗੇ ਕੀ ਕਾਰਵਾਈ ਹੋਣ ਵਾਲੀ? ਦੇਖੋ, ਇਹ ਤਾਂ ਹੁਣ ਸਦਨ ਦੇ ਸਾਰੇ ਮੈਂਬਰ ਐਕਸਪੀਰੀਅੰਸਡ ਹੈ, ਮਾਣਯੋਗ ਹੈ, ਉਹਨਾਂ ਤੋਂ ਸਲਾਹ ਲੈਣੀ ਮੈਂ ਠੀਕ ਸਮਝੀ, ਕਿਉਂਕਿ ਇਹ ਇੱਕ ਮੈਸੇਜ ਦੇਣਾ ਹੁੰਦਾ। ਪੰਜਾਬ ਸਰਕਾਰ ਮੈਸੇਜ ਦੇ ਚੁੱਕੀ ਹੈ ਵੀ ਅਸੀਂ ਮੰਤਰੀਆਂ ਤੇ ਵੀ ਕਾਰਵਾਈ ਕੀਤੀ, ਐਮਐਲਏ ਤੇ ਵੀ ਕਾਰਵਾਈ ਕੀਤੀ, ਤੇ ਅਸੀਂ ਕਰਪਸ਼ਨ ਵਾਸਤੇ ਜ਼ੀਰੋ ਟਾਲਰੈਂਸ ਪਾਲਿਸੀ ਹੈ ਸਾਡੇ, ਇਹ ਮੈਸੇਜ। ਅੱਛਾ, ਡੀਜੀਪੀ ਤੋਂ ਜਿਹੜੀ ਰਿਪੋਰਟ ਮੰਗੀ ਗਈ ਉਸ ਰਿਪੋਰਟ ਦੇ ਮੁਤਾਬਕ ਡੀਜੀਪੀ ਨੇ ਕਦੋਂ ਤੱਕ ਜਿਹੜਾ ਹੈਗਾ ਕਿ ਉਹਨਾਂ ਨੇ ਇਨ ਹੈਂਡ ਲੈ ਕੇ ਆਉਣੀ ਹੈ, ਖੁਦ ਆਉਣਗੇ, ਪੇਸ਼ ਹੋਣਗੇ, ਰਿਪੋਰਟ ਦੇਣਗੇ? ਉਹ ਕੱਲ੍ਹ ਤੱਕ ਰਿਪੋਰਟ ਦੇਣਗੇ ਮੈਨੂੰ, ਤੇ ਜੋ ਰਿਪੋਰਟ ਹੋਈ ਮੈਂ ਸਬੰਧਤ ਮਹਿਕਮੇ ਨੂੰ ਭੇਜ ਦੂੰਗਾ।